ਉੱਤਰ ਭਾਰਤ ਦੇ ਵਿੱਚ ਲਗਾਤਾਰ ਪੈ ਰਹੀ ਕੜਾਕੇ ਦੀ ਠੰਡ ਨੇ ਜਿੱਥੇ ਜਨਜੀਵਨ ਨੂੰ ਪ੍ਰਭਾਵਿਤ ਕਰਕੇ ਰੱਖ ਦਿੱਤਾ, ਉੱਥੇ ਹੀ ਹੁਣ ਲੋਕਾਂ ਦੀ ਜੇਬ ਤੇ ਵੀ ਕਾਫੀ ਅਸਰ ਪੈ ਰਿਹਾ, ਕਿਉਂਕਿ ਕੜਾਕੇ ਦੀ ਠੰਡ ਅਤੇ ਕੋਹਰੇ ਦੇ ਨਾਲ ਮਾੜਾ ਮੋਟਾ ਖੇਤਾਂ ਦੇ ਵਿੱਚ ਖੜੀਆਂ ਸਬਜ਼ੀਆਂ ਦਾ ਨੁਕਸਾਨ ਹੋਣ ਦੇ ਨਾਲ ਸਾਰੀਆਂ ਖਰਾਬ ਹੋ ਰਹੀਆਂ ਨੇ ਅਤੇ ਜਿਸ ਕਾਰਨ ਸਬਜ਼ੀਆਂ ਦੇ ਰੇਟ ਦੇ ਵਿੱਚ ਕਾਫੀ ਉਛਾਲ ਵੇਖਣ ਨੂੰ ਮਿਲ ਰਿਹਾ। ਜੇਕਰ ਨਾਭੇ ਦੀ ਗੱਲ ਕੀਤੀ ਜਾਵੇ ਤਾਂ ਸਬਜ਼ੀ ਮੰਡੀ ਦੇ ਵਿੱਚ ਰੇਟ ਕਾਫੀ ਜ਼ਿਆਦਾ ਹੋਣ ਕਰਕੇ ਲੋਕ ਹੈਰਾਨ ਨੇ, ਕਿਉਂਕਿ ਸਬਜ਼ੀਆਂ ਦੇ ਰੇਟ 3 ਗੁਣਾ ਵੱਧ ਚੁੱਕੇ ਨੇ। ਸੂਬੇ ਭਰ ਦੇ ਵਿੱਚ ਜੋ ਠੰਡ ਪੈ ਰਹੀ ਹੈ ਉਸਦੇ ਨਾਲ ਕਾਫੀ ਜ਼ਿਆਦਾ ਪ੍ਰਭਾਵਿਤ ਸਾਰਾ ਕੁਛ ਹੋਇਆ। ਸੋ ਜੇਕਰ ਗੋਭੀ ਦੀ ਗੱਲ ਕੀਤੀ ਜਾਵੇ ਤਾਂ ਗੋਭੀ ਜਿੱਥੇ ਪਹਿਲਾਂ 10 ਰੁਪਿਆ ਵਿਕ ਰਹੀ ਸੀ ਤਾਂ ਹੁਣ ਉਹ 40 ਰੁਪਏ ਵਿਕ ਰਹੀ ਹੈ। ਟਮਾਟਰ 20 ਰੁਪਏ ਸਨ ਤਾਂ ਉਹ 50 ਰੁਪਏ ਵਿਕ ਰਹੇ ਨੇ। ਸੋ ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਕਾਫੀ ਸਬਜ਼ੀਆਂ ਦੇ ਰੇਟਾਂ ਦੇ ਵਿੱਚ ਉਛਾਲ ਆਇਆ, ਜਿਸ ਕਾਰਨ ਆਮ ਲੋਕ ਜਿਹੜੇ ਪਰੇਸ਼ਾਨ ਨਜ਼ਰ ਆ ਰਹੇ ਨੇ। ਸੋ ਦੂਸਰੇ ਪਾਸੇ ਕਿਸਾਨ ਵੀ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਨੇ। ਸਿੰਘ ਜੀ, ਤੁਸੀਂ ਸਬਜ਼ੀ ਲੈਣੇ ਹੋ, ਕਿੰਨਾ ਕੁ ਫਰਕ ਪੈ ਰਿਹਾ ਜਿਹੜਾ ਕੋਹਰਾ ਤੇ ਧੁੰਦ ਲਗਾਤਾਰ ਪੈ ਰਹੀ ਹੈ? ਬਹੁਤ ਪੈ ਗਿਆ ਵੀਰ ਜੀ, ਬਹੁਤ ਖਤਮ ਕਰਤੀਆਂ ਲੋਕਾਂ ਕਿ ਤੇਜ਼ੀ ਹੋ ਗਈ ਸਬਜ਼ੀਆਂ ਦੀ, ਬਹੁਤ ਤੇਜ਼ੀ ਆਈ ਜਾਂਦੀ ਹੈ ਦਿਨ ਪਰ ਬਹੁਤ ਫਰਕ ਦੁੱਗਣਾ ਹੀ ਪੈ ਗਿਆ ਵੀਰ ਜੀ। ਹਾਂ, ਡੂਡਾ ਫਰਕ ਪਈ ਜਾਂਦਾ, ਸਬਜ਼ੀ ਕੋਹਰੇ ਨੇ ਖਤਮ ਕਰਤੀ ਠੰਡ ਨੇ। ਕਿਵੇਂ ਪਹਿਲਾਂ ਗੋਭੀ 10 ਰੁਪਏ ਦੀ, ਹੁਣ ਕਿੰਨੇ ਰੁਪਏ ਵਿਕ ਰਹੀ ਹੈ? ਹੁਣ ਤਾਂ 25-30 ਰੁਪਏ ਮਿਲਦੀ ਹੈ ਜੀ, ਮਟਰ 50 ਰੁਪਏ ਮਿਲ ਰਿਹਾ ਹੈ। ਅੱਛਾ, ਹਾਂ ਹੁਣ ਗਾਜਰੇ ਦੀ 10 ਦੀ, ਇਹ ਵੀ ਡਬਲ ਹੋ ਗਈ, ਇਹ 20 ਮਿਲ ਰਹੀ ਹੈ। ਅੱਛਾ, ਮਟਰ ਹੁਣ ਪਹਿਲਾਂ 20 ਮਿਲਦਾ ਤੇ 25, ਹੁਣ 50 ਮਿਲਿਆ ਹੈ, ਡਬਲ ਹੋ ਗਿਆ ਜੀ ਬਸ ਸਾਰੇ ਖਰਚ। ਹਾਂ ਜੀ, ਪੈਣੀ ਹੈ ਜੀ, ਉਹ ਤਾਂ ਭਰ ਜਾ, ਹੁਣ ਡਬਲ ਹੋ ਗਿਆ ਜੀ। ਹੁਣ ਸਬਜ਼ੀ ਤਾਂ ਖਰੀਦਣੀ ਹੈ ਜੀ, ਖਾਣੀ ਹੈ, ਉਹ ਤਾਂ ਹੁਣ ਖਾਦੇ ਹੋਗੇ, ਸਰਦਾ ਨਹੀਂ ਹੈਗਾ। ਜੇ ਠੰਡ ਵੱਧਦੀ ਰਹੀ ਫਿਰ ਹੋਰ ਵੀ ਵੱਧ ਹੋ ਸਕਦਾ ਜੀ, ਵਧੂਗਾ ਜੀ, ਹਾਂ ਅਸਰ ਪਊਗਾ ਜੀ ਫਿਰ ਤਾਂ। ਕਿਸੇ ਹੁਣ ਸਬਜ਼ੀ ਹੋ ਨਹੀਂ ਰਹੀ ਜੀ, ਉਹਦੇ ਕਰਕੇ ਖਰਚੇ ਵੱਧ ਗਏ ਜੀ, ਇਹ 'ਤੇ ਸਬਜ਼ੀ 'ਤੇ ਮਤਲਬ ਜਦ ਪੈਦਾਵਾਰ ਘਟੀ ਜਾਂਦੀ ਹੈ ਜੀ, ਪੂਰੇ ਮਹਿੰਗਾਈ ਹੋਈ ਜਾਂਦੀ ਹੈ ਜੀ, ਇਹਤੇ ਹੋਈ ਜੀ। ਉਹਦਾ ਸਾਰਿਆਂ ਨੂੰ ਵੱਡਾ ਕਾਰਨ ਉਹੀ ਹੈ ਜੀ, ਜਿਹੜਾ ਬਾਰਿਸ਼ ਨਹੀਂ ਪਈ ਹੈਗੀ ਉਹਦੇ ਕਰਕੇ ਵੀ ਨਹੀਂ ਉੱਠੀ ਸਬਜ਼ੀ ਗੱਲ, ਸਾਰਿਆਂ ਨੂੰ ਬੜਾ ਕਾਰਨ ਬਾਰਿਸ਼ ਦਾ ਹੀ ਹੈ ਜੀ। ਬਾਰਿਸ਼ ਹੁਣ ਵੀ ਬਾਰਿਸ਼ ਹੋ ਜਾਏ ਜੀ, ਉਹਦੇ ਨਾਲ ਬਹੁਤ ਫਰਕ ਪੈ ਜੂ ਜੀ, ਔਰ ਠੰਡ ਦਾ ਵੀ ਪੈਜੂਗਾ ਜੀ, ਸਬਜ਼ੀ ਅਸਰ ਫਸਲ ਹੋਣ ਵੀ ਲੱਗ ਜੂ ਜੀ। ਕੋਈ ਫਸਲ ਲਾ ਲਓ, ਜੇ ਆਪਾਂ ਸਬਜ਼ੀਆਂ ਲਾ ਲਓ, ਦੂਈ ਫਸਲ ਲਾ ਲਓ, ਕਣਕ ਸਭ ਉਹਦੇ ਕਰਕੇ ਰੁਕ ਕੇ ਖੜੀ ਹੈ ਜੀ ਫਸਲ। ਕੋਹਰਾ ਵੀਰ ਜੀ ਖਤਮ ਕਰਦਾ ਹੁਣ, ਕੋਹਰਾ ਉੱਤੇ ਲਾ ਲਓ ਉੱਠ ਨਹੀਂ ਰਹੀ ਹੈਗੀ ਕੋਈ ਵੀ ਸਬਜ਼ੀ ਹੈ, ਕੋਈ ਹਰਾ ਕੋਈ ਸਮਝ ਕਣਕ ਲਾ ਲਓ, ਕੋਈ ਵੀ ਲਾ ਲਓ ਆਪਣੇ ਖਾਣ ਵਾਲੀਆਂ ਸਬਜ਼ੀਆਂ, ਮੰਨ ਲਓ ਗੱਲ ਜਿਹੜੀ ਹੋਊਗੀ ਦੁਬਾਰੇ ਤਾਂ ਹੋ ਹੀ ਨਹੀਂ ਰਹੀ, ਦੁਬਾਰੇ ਹੁਣ ਹੋ ਨਹੀਂ ਰਹੀ। ਇੱਕੋ ਦਿਨੋਂ ਪਰ ਦਿਨ ਜਿੱਥੇ ਉਹ ਖੜੀ ਹੈ ਉੱਥੇ ਹੀ ਖੜੀ ਹੈ, ਗਰੋਥ ਨਹੀਂ ਕਰ ਰਹੀ, ਆਹ ਚੀਜ਼ ਹੈ। ਕਿਉਂ ਜੇ ਫਸਲ ਨੂੰ ਧੁੱਪ ਲੱਗੂ ਤਾਂ ਫਸਲ ਨੇ ਉੱਠਣਾ। ਸਬਜ਼ੀਆਂ ਵਾਸਤੇ ਠੰਡ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੈ, ਸਾਡੇ ਜੁਗਨੀ ਪੇਠਾ ਲਾਇਆ ਹੋਇਆ ਸੀ, ਕਾਫੀ ਨੁਕਸਾਨ ਠੰਡ ਨੇ ਕੀਤਾ ਹੈ। ਲੰਮਾ ਚਿਰ ਤਕਰੀਬਨ ਫਤਿਹਗੜ੍ਹ ਸਾਹਿਬ ਦੀ ਸਭਾ ਤੋਂ ਲੈ ਕੇ ਹੁਣ ਤੱਕ 1 ਮਹੀਨਾ ਹੋ ਗਿਆ ਜੋ ਇਹ ਧੁੰਦ ਪੈ ਰਹੀ ਹੈ, ਧੁੱਪ ਨਾ ਨਿਕਲਣ ਕਰਕੇ, ਅਤੇ ਤਰਬੂਜ ਦੀ ਪਨੀਰੀ ਵੀ ਬੀਜੀ ਹੋਈ ਹੈ ਉਹ ਵੀ ਕੋਈ ਪ੍ਰੋਪਰ ਸਹੀ ਨਹੀਂ ਹੋ ਰਹੀ, ਠੰਡ ਦਾ ਜ਼ਿਆਦਾ ਪ੍ਰਕੋਪ ਹੋਣ ਕਰਕੇ ਸਬਜ਼ੀਆਂ 'ਤੇ ਬਹੁਤ ਮਾੜਾ ਅਸਰ, ਇਸ ਕਰਕੇ ਸਬਜ਼ੀਆਂ ਦੇ ਰੇਟ ਵੀ ਅੱਪ ਹੋ ਚੁੱਕੇ ਹਨ। ਸਹੀ ਸਰਕਾਰਾਂ ਤੋਂ ਇਹੀ ਮੰਗ ਹੈ ਵੀ ਸਮੇਂ ਸਮੇਂ ਸਿਰ ਕਿਸਾਨਾਂ ਦੀ ਭਾਈ ਬਾਂਹ ਫੜੀ ਜਾਵੇ, ਜੋ ਬਣਦਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਵੇ। ਕਾਫੀ ਲੌਸ ਹੋ ਰਿਹਾ ਹੈ ਕਿਸਾਨਾਂ ਦਾ, ਜੋ ਕਿ ਇਹ ਆਪਾਂ ਸਬਜ਼ੀਆਂ ਲੋਅ ਟਨਲ ਵਿੱਚ ਲਾਉਂਦੇ ਹਾਂ, ਤਰਬੂਜ ਲੱਗਿਆ ਹੈ, ਸ਼ਿਮਲਾ ਮਿਰਚ ਲੱਗੀ ਹੋਈ ਹੈ ਅਤੇ ਪਨੀਰੀਆਂ ਵਗੈਰਾ ਬੀਜੀਆਂ ਹੋਈਆਂ ਹਨ, ਇਹ ਸਭ ਹੀ ਜ਼ਿਆਦਾ ਪ੍ਰਭਾਵਿਤ ਨੇ। ਬਗੈਰ ਕਣਕਾਂ ਤੋਂ, ਕਣਕਾਂ ਵਾਸਤੇ ਇਹ ਲਾਹੇਵੰਦ ਹੈ ਭਾਈ, ਆਲੂਆਂ ਵਾਸਤੇ ਵੀ ਲਾਹੇਵੰਦ ਧੁੰਦ ਹੈ, ਪਰ ਸਬਜ਼ੀਆਂ ਵਾਸਤੇ ਬਹੁਤ ਹੀ ਹਾਨੀਕਾਰਕ ਹੈ। ਇਸ ਕਰਕੇ ਸਰਕਾਰਾਂ ਅੱਗੇ ਬੇਨਤੀ ਹੈ ਵੀ ਉਹ ਸਾਰੇ ਹੀ ਕਿਸਾਨਾਂ ਨੂੰ ਮਿਲਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ। ਤੁਸੀਂ ਸਬਜ਼ੀ ਦਾ ਕੰਮ ਕਰਦੇ ਹੋ, ਕਿੰਨਾ ਕੁ ਫਰਕ ਪਿਆ ਜਿਹੜਾ ਹੈਗਾ ਸਬਜ਼ੀ 'ਚ? ਸਬਜ਼ੀ ਦਾ ਬਹੁਤ ਫਰਕ ਪੈ ਰਿਹਾ ਜੀ, ਕੋਹਰੇ ਮਾਰੀ ਕਰਕੇ ਨਾ ਸਬਜ਼ੀ ਘੱਟ ਲੱਗ ਰਹੀ ਹੈ, ਧੁੱਪ ਨਿਕਲੋ ਤਾਂ ਸਬਜ਼ੀ ਵੀ ਲੱਗੇ, ਮਹਿੰਗੀ ਦੇ ਕਾਰਨ ਤਾਂ ਹੀ ਹੈ ਜੀ। ਪਹਿਲਾਂ ਜਿਵੇਂ 10 ਰੁਪਏ ਗੋਭੀ ਤੇ ਹੁਣ ਕੀ ਫਰਕ ਆ? ਹੁਣ ਗੋਭੀ ਮੰਡੀ 30-35 ਰੁਪਏ ਕਿਲੋ ਗੋਭੀ ਮੰਡੀ ਦਾ ਰੇਟ ਆ ਜੀ, ਅਸੀਂ ਉਹਦੇ 40 ਵੇਚ ਰਹੇ ਹਾਂ। ਅੱਛਾ, ਜਿਵੇਂ ਪਹਿਲਾਂ ਹੈਗਾ ਸੀ
ਟਮਾਟਰ ਵੀ ਬਹੁਤ ਮਹਿੰਗਾ ਹੋ ਗਿਆ ਜੀ, ਪਿੱਛੋਂ ਫਸਲ ਖਰਾਬ ਹੋ ਗਈ ਕਰਕੇ ਮਹਿੰਗੀ ਕੋਰੇ ਪੈ ਰਹੇ ਕਰਕੇ ਜੀ। ਸਾਰੀ ਸਬਜ਼ੀਆਂ 'ਚ ਤਕਰੀਬਨ 20-20 ਰੁਪਏ ਦਾ ਇਜਾਫਾ ਹੋ ਗਿਆ, ਬਹੁਤ ਫਰਕ ਹੈ ਜੀ ਰੇਟ ਦਾ, ਦੁੱਧ ਦਾ ਰੇਟ ਦਾ ਫਰਕ ਪੈ ਗਿਆ ਜੀ। ਤੁਹਾਡੇ ਨਾਲ ਕਸਟਮਰ ਵੀ ਆ ਕੇ ਬੋਲਦਾ ਵੀ ਹਾਂਜੀ ਹਾਂ, ਬਹੁਤ ਕਸਟਮਰ ਦਾ ਕਹਿਣਾ ਹੀ ਹੈ ਫਿਰ ਮਹਿੰਗੀ ਸਬਜ਼ੀ ਦਿੰਦੇ ਹੋ ਤੁਸੀਂ, ਕਸਟਮਰ ਤਾਂ ਮਹਿੰਗੀ ਕਰਕੇ ਫਿਰ ਸਬਜ਼ੀ ਉੱਠਦੀ ਨਹੀਂ, ਖਰਾਬ ਹੋ ਜਾਂਦੀ ਹੈ ਵਿੱਚੋਂ ਜੀ, ਫੁੱਲ ਗੋਭੀ ਤਾਂ ਫੁੱਲ ਨਹੀਂ ਬਣਦਾ ਗਾ, ਆ ਮੇਥੀ ਮੁੱਥੀ ਤਾਂ ਹੀ ਖਰਾਬ ਹੋ ਜਾਂਦੀ ਹੈ ਜੀ, ਮਟਰ ਉਹ ਵੀ ਮਟਰ ਵੀ ਉਹ ਲਾਗ ਜਾਂਦੀ ਹੈ ਮਟਰ ਨੂੰ ਵੀ, ਟਮਾਟਰ ਵੀ ਬੇਲਾਂ ਖਰਾਬ ਹੋ ਜਾਂਦੀਆਂ ਨੇ ਮਟਰ, ਟਮਾਟਰ ਦੀਆਂ ਥੱਲੇ ਧਰਤੀ ਸਬਜ਼ੀ ਹੋਰ ਮਹਿੰਗੀ ਕਾਰਨ ਨਹੀਂ ਹੈ, ਕੁਛ ਲੱਗਣ ਦਾ ਕਾਰਨ ਘੱਟ ਹੁੰਦਾ ਜੀ, ਸਬਜ਼ੀ ਤਾਂ ਮਹਿੰਗੀ ਹੁੰਦੀ ਹੈ ਜੀ। ਗਾਹਕ ਤਾਂ ਕਹਿੰਦਾ ਜੀ ਆਮ ਆਦਮੀ ਦਾ ਬੱਚਤ ਔਖਾ ਹੀ ਲੱਗਦਾ, ਕਹਿੰਦਾ ਥੋੜ੍ਹੀ ਜਿਹੀ ਮਹਿੰਗੀ ਹੋ ਗਈ ਸਬਜ਼ੀ, ਪਰ ਮੌਸਮ ਦੇ ਅਨੁਸਾਰ ਜਿਹੜੀ ਠੰਡ ਪੈ ਰਹੀ ਹੈ ਕੜਾਕੇ ਦੀ, ਲੇਬਰ ਨਾ ਮਿਲਣ ਕਾਰਨ 5-10% ਸਬਜ਼ੀ ਤੇਜ਼ ਹੋ ਜਾਂਦੀ ਹੈ। ਇਹ ਗਾਹਕ ਤਾਂ ਕਹਿੰਦਾ ਹੀ ਹੁੰਦਾ, ਅਗਰ ਥੋੜ੍ਹੀ ਜਿਹੀ ਮਹਿੰਗੀ ਲੱਗੀ ਅਗਲਾ ਕਹਿੰਦਾ ਹੀ ਹੁੰਦਾ ਵੀ ਕੱਲ੍ਹ ਨੂੰ ਅਸੀਂ ਇਸ ਰੇਟ ਲੈ ਗਏ, ਅੱਜ ਇਸ ਰੇਟ ਹੈ, ਗਾਹਕ ਤਾਂ ਕਹੂਗਾ ਜੀ। ਕਾਰਨ ਕੀ ਮੰਨਦੇ ਹੋ, ਮੇਨ ਕਾਰਨ ਕੀ? ਮੇਨ ਇਹੀ ਹੈ ਠੰਡ ਕੜਾਕੇ ਦੀ ਪੈ ਰਹੀ ਹੈ, ਉਹਦੇ ਕਾਰਨ ਕੋਹਰੇ ਕਾਰਨ ਸਬਜ਼ੀ ਮਾੜ ਜੀ, ਫਸਲਾਂ ਫੁਸਲਾਂ ਖਰਾਬ ਹੋ ਜਾਂਦੀਆਂ ਨੇ। ਇਹ ਜਿਹੜਾ ਸਬਜ਼ੀ ਤੁੜਾਉਣ ਦੇ ਵਿੱਚ ਇਹਨਾਂ ਨੂੰ ਲੇਬਰ ਦੀ ਵੀ ਦਿੱਕਤ ਹੈ, ਅਤੇ ਸਬਜ਼ੀ ਜਿਹੜੀ ਦੁੱਗਣੇ ਤਿੱਗਣੇ ਭਾਅ 'ਤੇ ਹੋ ਗਈ, ਕੱਲ੍ਹ ਜਦੋਂ ਜਾਂ ਪਰਸੋਂ ਲੈ ਕੇ ਗਏ ਸੀ ਸਬਜ਼ੀ ਜਿਹੜੀ ਲਾ ਲਓ 30 ਰੁਪਏ, ਦੂਜੇ ਦਿਨ ਤੀਸਰੇ ਦਿਨ ਆ ਕੇ ਦੇਖਦੇ ਹਾਂ ਉਹੀ ਸਬਜ਼ੀ 60-70 ਰੁਪਏ, ਅਸੀਂ ਤਾਂ ਦੁਕਾਨਦਾਰਾਂ ਨਾਲ ਲੜਦੇ ਹਾਂ ਯਾਰ ਤੁਸੀਂ ਇੰਨਾ ਮਹਿੰਗਾ ਰੇਟ ਦਿਓ, ਪਰ ਕਹਿੰਦੇ ਸਾਡੀ ਬੇਵਸੀ ਹੈ। ਪਰ ਇਹਦੇ ਲਈ ਸਰਕਾਰ ਨੂੰ ਅਸੀਂ ਚਾਹੁੰਦੇ ਹਾਂ ਵੀ ਕੁਛ ਨਾ ਕੁਛ ਇਹਨਾਂ ਦੇ ਨਾਲ ਕੁਛ ਮਦਦ ਕਰਨੀ ਚਾਹੀਦੀ, ਸਹਾਇਤਾ ਕਰਨੀ ਚਾਹੀਦੀ, ਤੋ ਪਬਲਿਕ ਦੇ ਪਬਲਿਕ ਨੂੰ ਧਿਆਨ ਰੱਖਦੇ ਹੋਏ ਉਹਨਾਂ ਦੇ ਮੱਦੇਨਜ਼ਰ ਇਹ ਤਾਂ ਕਿ ਰੇਟ ਨਾ ਵਧਣ, ਕੋਈ ਨਾ ਕੋਈ ਇਹਦੀ ਸਹੂਲਤ ਦੇਣੀ ਚਾਹੀਦੀ ਹੈ। ਹਾਂ ਬਿਲਕੁਲ, ਕੋਈ ਭਾਅ ਫਿਕਸ ਹੋਣੇ, ਦੁਕਾਨਦਾਰਾਂ ਨਾਲ ਅਸੀਂ ਲੜਦੇ ਹਾਂ, ਇਹ ਕਹਿੰਦੇ ਸਾਡੀ ਬੇਵਸੀ ਹੈ ਵੀ ਤਾਂ ਪਿੱਛੋਂ ਜਦੋਂ ਸਬਜ਼ੀ ਨਹੀਂ ਮਿਲਦੀ ਜਾਂ ਘੱਟ ਹੈ ਜਾਂ ਬਾਹਰੋਂ ਦੂਰ ਆਉਂਦੀ ਹੈ, ਉਹਦਾ ਖਰਚਾ ਪੈ ਜਾਂਦਾ ਅਤੇ ਬੜੀ ਪ੍ਰੋਬਲਮ ਆਉਂਦੀ ਹੈ। 15-20 ਦਿਨ ਤੋਂ ਲਗਾਤਾਰ ਕੋਹਰਾ ਪੈ ਰਿਹਾ, ਉਹਦੇ ਨਾਲ ਵੀ ਸਬਜ਼ੀ? ਹਾਂ ਨਹੀਂ, ਉਹਦੇ ਨਾਲ ਇੱਕ ਤਾਂ ਲੇਬਰ ਨਹੀਂ ਮਿਲਦੀ, ਜਿਵੇਂ ਠੰਡ ਕਰਕੇ ਲੇਬਰ ਨਾਲ ਮਿਲਣ ਕਰਕੇ ਸਬਜ਼ੀ ਦੀ ਤੁੜਾਈ ਨਹੀਂ ਹੋ ਰਹੀ, ਤੋ ਸਬਜ਼ੀ ਘੱਟ ਆਉਣ ਕਰਕੇ ਉਹਦਾ ਰੇਟ ਵੱਧ ਰਿਹਾ। ਮੈਂ ਕਿਹਾ ਤਿੱਗਣਾ ਰੇਟ ਹੋ ਗਿਆ ਜੀ, ਮਤਲਬ ਤੁਸੀਂ ਲਾ ਲਓ ਜਿਹੜੀ ਸਬਜ਼ੀ ਤੁਸੀਂ 10-15 ਰੁਪਏ ਸੀ, ਅੱਜ ਉਹੀ 40-50 ਰੁਪਏ, ਤੇ ਹਰ ਚੀਜ਼ ਦੁੱਗਣੇ ਤਿੱਗਣੇ ਭਾਅ 'ਤੇ ਹੈ। ਜਿਹੜੇ ਮੀਡੀਅਮ ਲੋਕ ਨੇ ਉਹਨਾਂ ਦਾ ਸਾਰਾ ਜਿਵੇਂ ਰਸੋਈ ਦਾ ਸਾਰਾ ਬਜਟ ਅਪਸੈਟ ਹੋ ਜਾਂਦਾ ਬਿਲਕੁਲ ਜੀ। ਇੱਕ ਚੀਜ਼ ਜਿਹੜੀ ਤੁਸੀਂ 100 ਰੁਪਏ 'ਚ ਖਰੀਦ ਲਓਗੇ, ਉਹੀ ਚੀਜ਼ ਤੁਸੀਂ 300 ਰੁਪਏ 'ਚ ਖਰੀਦ ਰਹੇ ਹੋ, ਤਾਂ ਬੜੀ ਦਿੱਕਤ ਆਉਂਦੀ ਹੈ।